ਸਤਿ ਸ਼੍ਰੀ ਅਕਾਲ ਪੰਜਾਬੀਓ। ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹਾਂ, ਸਭ ਨੂੰ ਪਤਾ ਕਿ ਜਿਹੜੀ ਕਰੋਨਾ ਨਾਂ ਦੀ ਇੱਕ ਬਿਮਾਰੀ ਹੈ ਪੂਰੀ ਦੁਨੀਆ ਦੇ ਵਿੱਚ ਫੈਲੀ ਹੋਈ ਹੈ, ਅਤੇ ਰੋਜ਼ ਵੱਖ ਵੱਖ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਆਪਾਂ ਦੇਖਦੇ ਹਾਂ, ਅਤੇ ਇਸ ਸੰਬੰਧ ਦੇ ਵਿੱਚ ਜਿਹੜੀਆਂ ਆਪਾਂ ਗੱਲਾਂ ਬਾਤਾਂ ਉਹ ਦੋ ਚਾਰ ਕਰਨੀਆਂ ਨੇ। ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੇ ਪੰਜਾਬੀਆਂ ਨੂੰ ਇਹ ਅਪੀਲ ਕਰਨੀ ਚਾਹੁੰਦਾ, ਬੇਨਤੀ ਕਰਨੀ ਚਾਹੁੰਦਾ ਕਿ ਜਿੰਨਾ ਹੋ ਸਕਦਾ ਆਪਣੇ ਘਰਾਂ ਤੱਕ ਹੀ ਮਹਿਦੂਦ ਰਹੋ, ਆਪਣੇ ਘਰਾਂ ਤੱਕ ਸੀਮਤ ਰਹੋ। ਬਾਹਰ ਨਿਕਲਣ ਦੀ ਕੋਸ਼ਿਸ਼ ਹੈ ਜਿਹੜੀ ਉਹ ਨਾ ਕੀਤੀ ਜਾਵੇ, ਕਿਉਂਕਿ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਜਿਹੜੀ ਇਹ ਬਿਮਾਰੀ ਹੈ ਉਹ ਇੱਕ ਦੂਜੇ ਤੋਂ ਹੁੰਦੀ ਆ। ਸੋ ਇਸ ਤੋਂ ਇਲਾਵਾ ਜਿਹੜੀ ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ, ਜਿਸ ਕਰਕੇ ਮੈਂ ਅੱਜ ਤੁਹਾਡੇ ਨਾਲ ਗੱਲਬਾਤ ਕਰਨ ਲਈ ਬੈਠਾ, ਉਹ ਇਹ ਹੈ ਕਿ ਜਿੱਥੋਂ ਤੱਕ ਪੰਜਾਬ ਦੇ ਵਿੱਚ ਕਰਫਿਊ ਲੱਗਿਆ ਹੋਇਆ ਹੈ, ਦੇਸ਼ ਦੇ ਵਿੱਚ ਜਿਹੜਾ ਉਹ ਤਾਲਾਬੰਦੀ ਕੀਤੀ ਹੋਈ ਹੈ, ਤਾਂ ਉਸ ਕਰਫਿਊ ਦੇ ਦੌਰਾਨ ਹਾਲਾਤ ਇਹ ਬਣ ਗਏ ਕਿ ਜਿਹੜੇ ਪੰਜਾਬ ਪੁਲਿਸ ਦੀ ਜਿਹੜੀ ਇੱਕ ਵੀਰ ਲਿਖ ਰਿਹਾ ਪੰਮਾ ਬਰਾੜ, ਕਹਿੰਦਾ ਬਾਈ ਪੰਜਾਬ ਪੁਲਿਸ ਦਾ ਸਹਿਯੋਗ ਦਿਓ। ਸੋ ਮੈਂ ਉਸੇ 'ਤੇ ਮਸਲੇ ਦੀ ਗੱਲ ਕਰਨ ਲੱਗਿਆ ਕਿ ਪੰਜਾਬ ਪੁਲਿਸ, ਜਿੱਥੇ ਪੰਜਾਬ ਪੁਲਿਸ ਦਾ ਸਾਨੂੰ ਕੋਈ ਸ਼ਲਾਘਾਯੋਗ ਕੰਮ ਆ, ਉਹਨਾਂ ਦਾ ਸਾਨੂੰ ਸਰਾਹਨਾ ਕਰਨੀ ਬਣਦੀ ਹੈ, ਉਹਨਾਂ ਦਾ ਧੰਨਵਾਦ ਕਰਨਾ ਬਣਦਾ, ਕਰਨਾ ਵੀ ਚਾਹੀਦਾ ਕਿ ਪੁਲਿਸ ਜਿਹੜੀ ਆਪਣੀ ਪਰਵਾਹ, ਆਪਣੇ ਪਰਿਵਾਰਾਂ ਦੀ ਪਰਵਾਹ ਨਾ ਕਰਦੇ ਹੋਏ ਅਤੇ ਜਿਹੜਾ ਕਰ ਰਹੇ ਨੇ, ਸੜਕਾਂ ਦੇ ਉੱਤੇ ਖੜ੍ਹੇ ਨੇ, ਸਹਿਯੋਗ ਕਰ ਰਹੇ ਨੇ ਲੋਕਾਂ ਨੂੰ। ਬਹੁਤ ਪੁਲਿਸ, ਮੈਂ ਇਹੋ ਜਿਹੀਆਂ ਵੀਡੀਓ ਵੀ ਦੇਖੀਆਂ ਜਿਹੜੀਆਂ ਘਰਾਂ ਦੇ ਵਿੱਚ ਰਾਸ਼ਨ ਪਹੁੰਚਾ ਰਹੇ ਨੇ। ਬਹੁਤ ਪੁਲਿਸ ਮੁਲਾਜ਼ਮ ਇਹੋ ਜਿਹੇ ਵੀ ਹੈਗੇ ਆ ਜਿਹੜੇ ਮੈਂ ਜਿਨ੍ਹਾਂ ਨੂੰ ਨਿੱਜੀ ਤੌਰ 'ਤੇ ਵੀ ਜਾਣਦਾ, ਜਿਨ੍ਹਾਂ ਨੇ ਆਪਣੀਆਂ ਮਹੀਨੇ ਦੀਆਂ ਇੱਕ ਇੱਕ ਮਹੀਨੇ ਦੀ ਤਨਖਾਹ ਜਿਹੜੀ ਉਹ ਮਤਲਬ ਕਿ ਜਿਹੜਾ ਮੁੱਖ ਮੰਤਰੀ ਵਾਲਾ ਫੰਡ ਹੈ ਉਹਦੇ 'ਚ ਉਹਨਾਂ ਨੇ ਦਿੱਤੀ ਆ ਆਪਣੀ ਤਨਖਾਹ। ਪਰ ਇੱਕ ਗੱਲ ਜਿਹੜੀ ਗੱਲ ਰੜਕ ਰਹੀ ਆ ਉਹ ਇਹ ਹੈ ਕਿ ਯਾਰ ਲਗਾਤਾਰ ਮੈਂ ਕੱਲ੍ਹ ਦੀਆਂ ਘੱਟੋ ਘੱਟ 50-60 ਵੀਡੀਓ ਦੇਖ ਚੁੱਕਿਆ ਕਿ ਕਿਤੇ ਪੰਜਾਬ ਪੁਲਿਸ ਜਿਹੜੀ ਉਹ ਮਤਲਬ ਕਿ ਇੱਕ ਬਜ਼ੁਰਗ ਬੰਦੇ ਤੋਂ ਜਿਹਦੀ 70-80 ਸਾਲ ਦੀ ਉਮਰ ਹੈ ਉਹਨੂੰ ਕੁੱਟ ਰਹੀ ਆ, ਉਹਨੂੰ ਨੱਕ ਨਾਲ ਲਕੀਰਾਂ ਕਢਾ ਰਹੇ ਨੇ। ਇੱਕ ਵਿਚਾਰੇ ਦੇ ਮਣਕੇ ਹਿੱਲੇ ਹੋਏ ਨੇ, ਮੈਂ ਤੁਹਾਨੂੰ ਵੀਡੀਓ ਦਿਖਾਉਂਦਾ, ਮੇਰੇ ਕੋਲ ਪਈਆਂ ਨੇ। ਆਹ ਇੱਕ ਦੇ ਮਣਕੇ ਹਿੱਲੇ ਹੋਏ ਨੇ, ਉਹਦੀ ਕੋਈ ਸੁਣ ਹੀ ਨਹੀਂ ਰਿਹਾ, ਐਂ ਛੱਲੀਆਂ ਨੂੰ ਕੁੱਟਦੇ ਨੇ ਡਾਂਗਾਂ ਨਾਲ। ਇੱਕ ਹੋਰ ਹੈ, ਉਹਦਾ ਸਿਰ ਕੁੱਟੀ ਜਾਂਦੇ ਆ ਚੱਪਲਾਂ ਦੇ ਨਾਲ। ਯਾਰ ਇਹ ਅਧਿਕਾਰ ਪੁਲਿਸ ਨੂੰ ਕਿਹਨੇ ਦਿੱਤਾ? ਠੀਕ ਹੈ ਮੈਂ ਕਹਿੰਦਾ ਪੁਲਿਸ ਦੇ ਕਹੇ, ਜੇ ਪੁਲਿਸ ਕਹਿ ਰਹੀ ਆ, ਸਰਕਾਰ ਕਹਿ ਰਹੀ ਆ, ਲੋਕਾਂ ਨੂੰ ਘਰੇ ਰੁਕਣਾ ਚਾਹੀਦਾ। ਜੇ ਕੋਈ ਨਹੀਂ ਰੁਕ ਰਿਹਾ, ਆਪਾਂ ਮੰਨ ਲੈਂਦੇ ਹਾਂ ਕੋਈ ਬੰਦਾ ਰੁਕਦਾ ਨਹੀਂ ਹੈਗਾ, ਵੀ ਯਾਰ ਬੰਦਾ ਜਾਣ ਬੁੱਝ ਕੇ ਖਰਾਬ ਕਰ ਰਿਹਾ, ਤਾਂ 188 ਦੇ ਤਹਿਤ ਤੁਸੀਂ ਕਾਰਵਾਈ ਕਰ ਸਕਦੇ ਹੋ, ਬੰਦੇ ਦੇ ਪਰਚਾ ਦਰਜ ਕਰ ਸਕਦੇ ਹੋ, ਤੁਸੀਂ ਜੇਲ੍ਹ 'ਚ ਭੇਜ ਸਕਦੇ ਹੋ। ਤੁਸੀਂ ਉਸ ਬੰਦੇ ਦਾ ਕੋਈ ਵੀ ਸਾਧਨ ਹੈ, ਉਹ ਮੋਟਰਸਾਈਕਲ 'ਤੇ ਆ, ਉਹ ਗੱਡੀ 'ਤੇ ਆ, ਉਹਨੂੰ ਤੁਸੀਂ ਜ਼ਬਤ ਕਰ ਸਕਦੇ ਹੋ। ਇਹ ਕਿਹੜਾ ਢੰਗ ਤਰੀਕਾ ਹੋਇਆ ਕਿ ਤੁਸੀਂ ਲੋਕਾਂ ਨੂੰ ਕੁੱਟ ਕੇ, ਲੋਕਾਂ ਦੇ ਛਿੱਤਰ ਮਾਰ ਕੇ, ਇੰਨੀਆਂ ਗੰਦੀਆਂ ਗਾਲਾਂ ਆ ਵੀਡੀਓ ਦੇ ਵਿੱਚ ਆ ਰਹੀਆਂ ਨੇ, ਤੇਰੀ ਮਾਂ ਨੂੰ, ਤੇਰੀ ਭੈਣ ਨੂੰ, ਤੇਰੀ ਧੀ ਨੂੰ, ਇੰਨੀਆਂ ਤੁਸੀਂ ਗੰਦੀਆਂ ਗਾਲਾਂ ਕੱਢ ਰਹੇ ਹੋ ਅਤੇ ਉਹ ਵੀਡੀਓ ਤੁਸੀਂ ਵਾਇਰਲ ਕਰ ਰਹੇ ਹੋ ਸੋਸ਼ਲ ਮੀਡੀਆ 'ਤੇ, ਅਤੇ ਰਹਿੰਦੀ ਖੂਨ ਦੀ ਖਸਲ ਆਪਣੇ ਲੋਕ ਕੱਢੀ ਜਾਂਦੇ ਆ, ਲਿਖ ਕੇ ਪਾ ਦਿੰਦੇ ਆ ਉੱਤੇ, ਆਹ ਦੇਖੋ ਜੀ ਪੰਜਾਬ ਪੁਲਿਸ ਕਿਵੇਂ ਸੇਵਾ ਕਰਦੀ ਹੈ। ਮਜ਼ਾਕ ਬਣਾ ਲਿਆ ਲੋਕਾਂ ਨੇ, ਤਮਾਸ਼ਾ ਬਣਾ ਲਿਆ। ਯਾਰ ਤੁਸੀਂ ਇਹ ਸੋਚੋ, ਮੰਨ ਲਓ ਜਿਹੜੇ ਬੰਦੇ ਦੀ ਅੱਜ ਇੰਨੀ ਨਮੋਸ਼ੀ, ਇੰਨੀ ਬੰਦੇ ਦੀ ਹੱਦ ਤੱਕ ਬੇਇੱਜ਼ਤੀ ਹੁੰਦੀ ਹੈ, ਉਹ ਵੀਡੀਓ ਕਰਕੇ ਵੀਡੀਓ ਪੂਰੀ ਦੁਨੀਆ 'ਚ ਘੁੰਮ ਜਾਂਦੀ ਹੈ, ਤਾਂ ਉਹ ਬੰਦਾ ਕੱਲ੍ਹ ਨੂੰ ਨਮੋਸ਼ੀ ਕਰਕੇ ਖੁਦਕੁਸ਼ੀ ਵੀ ਕਰ ਸਕਦਾ। ਸੋ ਇਹ ਗੱਲ ਦੇ ਲਈ ਹੁਣ ਬਹੁਤੇ ਕਹਿਣਗੇ ਨਹੀਂ ਜੀ ਜੇ ਪੁਲਿਸ ਕੁਛ ਕਰਦੀ ਹੈ ਤੁਸੀਂ ਕਰਨ ਨਹੀਂ ਦਿੰਦੇ, ਹੁਣ ਇਹ 'ਤੇ ਵੀ ਕਿੰਤੂ ਖੜਾ ਹੋ ਜਾਣਾ। ਮੈਂ ਕਹਿੰਦਾ ਜੋ ਪੁਲਿਸ ਕਰ ਰਹੀ ਹੈ ਹਰ ਬੰਦਾ ਉਹਦਾ ਧੰਨਵਾਦ ਕਰਨਾ ਕਰ ਰਿਹਾ ਪੰਜਾਬੀ, ਵੀ ਹਾਂ ਪੁਲਿਸ ਚੰਗਾ ਕਰ ਰਹੀ ਹੈ, ਪਰ ਜਿੱਥੇ ਪੁਲਿਸ ਗਲਤ ਕਰ ਰਹੀ ਹੈ ਉੱਥੇ ਪੁਲਿਸ ਨੂੰ ਗਲਤ ਕਹਿਣਾ ਵੀ ਬਣਦਾ। ਇਹ ਗੱਲ ਅਸੀਂ ਪੰਜਾਬ ਦੇ ਮੁੱਖ ਮੰਤਰੀ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਹਾਂ, ਪੰਜਾਬ ਦੇ DGP ਦੇ ਧਿਆਨ 'ਚ ਲਿਆਉਣਾ ਚਾਹੁੰਦੇ ਹਾਂ, ਜ਼ਿਲ੍ਹਿਆਂ ਦੇ DC ਦੇ ਧਿਆਨ 'ਚ ਲਿਆਉਣਾ ਚਾਹੁੰਦੇ ਹਾਂ, ਵੀ ਆਹ ਜਿਹੜੀ ਧੱਕੇਸ਼ਾਹੀ ਲੋਕਾਂ ਨਾਲ ਹੋ ਰਹੀ ਹੈ,
ਇਹ ਕਿੰਨੀ ਕੁ ਵਾਜਬ ਹੈ, ਕਿੰਨੀ ਕੁ ਜਾਇਜ਼ ਹੈ। ਅਗਲੀ ਗੱਲ ਤੁਸੀਂ ਹੋਰ ਦੇਖ ਲਓ, ਹੁਣ ਜੇ ਕੋਈ ਬੰਦਾ ਬਿਮਾਰ ਹੈ, ਆਹ ਇੱਕ ਵੀਡੀਓ ਦਿਖਾਉਂਦਾ ਮੈਂ ਤੁਹਾਨੂੰ, ਇੱਕ ਬੰਦੇ ਦੇ ਟਾਂਕੇ ਲੱਗੇ ਹੋਏ ਨੇ। ਆਹ ਤਾਂ ਪਹਿਲਾਂ ਆਹ ਵੀਡੀਓ ਦੇਖਿਓ ਮਾੜੀ ਜੀ, ਇਹਦੀ ਆਵਾਜ਼ ਕਰੋ। ਆਹ ਸੁਣ ਲਿਓ, ਤੁਸੀਂ ਦੇਖੀ ਵੀਡੀਓ, ਇਹ ਬੰਦੇ ਦੇ ਵਿਚਾਰਦੇ ਮੁੰਡੇ ਦੇ ਮਣਕੇ ਹਿੱਲੇ ਹੋਏ ਆ ਤੇ ਕਿਵੇਂ ਡਾਂਗਾਂ ਨਾਲ ਕੁੱਟ ਰਹੇ ਆ। ਇਹ ਤਰੀਕਾ ਯਾਰ ਪੁਲਿਸ ਦਾ। ਆ ਇੱਕ ਹੋਰ ਦੇਖ ਲਓ, ਆਹ ਵਿਚਾਰਾ ਕੋਈ ਰਾਸ਼ਨ ਲੈ ਕੇ ਆ ਰਿਹਾ ਵਿਚਾਰਾ ਕੋਈ ਸਕੂਟਰੀ ਤੇ, ਇਹ ਰਾਸ਼ਨ ਲੈ ਆਉਂਦੇ ਨੂੰ ਦੇਖੋ ਕਿਵੇਂ ਇਹਦਾ ਚੱਲਦਾ, ਕਿਉਂ ਨੀ ਇਹ ਜਗਾੜ ਜਾ ਪਹਿਲਾਂ ਇਹਨਾਂ ਨੂੰ ਉਹ ਕਰਕੇ। ਆ ਇੱਕ ਹੋਰ ਹੈ, ਇੱਕ ਆ ਦੇਖੋ, ਆ ਦੇਖਿਓ ਚਲਦੀ ਕਿਉਂ ਨੀ ਯਾਰ, ਡਾਊਨਲੋਡ ਹੋਈਆਂ ਨੀ ਹੋਈਆਂ। ਆ ਇੱਕ ਮਤਲਬ ਕਿ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸ ਦੇਣੀ ਚਾਹੁੰਦਾ ਕਿ ਮੈਂ ਜਿਹੜੀ ਗੱਲ ਕਰਦਾ ਸੀਗਾ ਕਿ ਰਾਤ ਦੀ ਘਟਨਾ ਇੱਕ ਹੋਈ ਆ, ਰਾਤ ਦੀ ਘਟਨਾ ਹੋਈ ਆ, ਸ਼ਮੀਰ ਪਿੰਡ ਹੈ ਜ਼ਿਲ੍ਹੇ ਬਠਿੰਡੇ ਦੇ ਵਿੱਚ, ਇੱਕ ਕੁੜੀ ਕੋਲ ਬੱਚਾ ਹੋਣ ਵਾਲਾ ਸੀਗਾ ਰਾਤ। ਉਹ ਕੁਦਰਤੀ ਰਾਤ 11:30 ਦਾ ਟਾਈਮ ਹੋਣਾ, ਮੈਨੂੰ ਫੋਨ ਆ ਗਿਆ, ਮੈਂ ਫੋਨ ਚੱਕ ਲਿਆ। ਉਹ ਮੈਨੂੰ ਕਹਿੰਦਾ ਬਾਈ ਸਾਨੂੰ ਨਾਕੇ 'ਤੇ ਘੇਰੀ ਖੜੇ ਆ ਅਤੇ ਸਾਡੀ ਕੁੜੀ ਕੋਲ ਜਵਾਕ ਹੋਣ ਵਾਲਾ ਸੀ, ਬਠਿੰਡੇ ਲੈ ਕੇ ਚੱਲਿਆ, ਜਾਣ ਨਹੀਂ ਦਿੰਦੇ। ਤਾਂ ਮੈਂ ਖੜਜਾ ਸੁਣਾਉਂਦਾ ਪਹਿਲਾਂ, ਅਤੇ ਉਹ ਕਹਿੰਦਾ, ਮੈਂ ਕਿਹਾ ਯਾਰ ਮੈਂ ਕਿਹਾ ਮੇਰੀ ਗੱਲ ਕਰਾ, ਕਿਹੜਾ ਬੰਦਾ ਖੜਾ, ਚਲੋ ਉੱਥੇ ਕੋਈ ਐਸ ਆਈ ਖੜਾ, ਉਹਨੇ ਮੇਰੀ ਗੱਲ ਕਰਾਈ। ਮੈਂ ਕਿਹਾ ਭਾਈ ਸਾਹਿਬ ਇਹਨੂੰ ਲੰਘਣ ਦੇ ਦਿਓ, ਕੁੜੀ ਕੋਲ ਜਵਾਕ ਹੋਣ ਵਾਲਾ। ਕਹਿੰਦਾ ਲੋਕ ਬਿਮਾਰੀ ਦਾ ਬਹਾਨਾ ਲਾ ਕੇ ਟੱਪ ਜਾਂਦੇ ਆ। ਮੈਂ ਕਿਹਾ ਤੁਹਾਨੂੰ ਇਹ ਤਾਂ ਦਿਖ ਰਿਹਾ ਗੱਡੀ ਦੇ ਵਿੱਚ ਇੱਕ ਕੁੜੀ ਪਈ ਆ, ਉਹ ਤਾਂ ਤੁਹਾਨੂੰ ਦਿਖਦੀ ਹੋਊ, ਉਹਦਾ ਬਹਾਨਾ ਨਹੀਂ, ਉਹ ਤਾਂ ਦਿਖ ਰਿਹਾ ਸਾਫ ਵੀ ਕੁੜੀ ਕੋਲ ਬੱਚਾ ਹੋਣ ਵਾਲਾ। ਮੈਂ ਗੱਡੀ 'ਚ ਕੁੜੀ ਪਈ ਹੈ, ਕਹਿੰਦਾ ਹਾਂ ਪਈ ਹੈ। ਮੈਂ ਕਿਹਾ ਦੇਖ ਲਾ ਬੱਚਾ ਹੋਣ ਵਾਲਾ, ਕਹਿੰਦਾ ਹਾਂ ਹੋਣ ਵਾਲਾ। ਮੈਂ ਫਿਰ ਲੰਘਣ ਕਿਉਂ ਨਹੀਂ ਦਿੰਦਾ, ਕਹਿੰਦਾ ਸਾਨੂੰ ਉੱਪਰੋਂ ਹਦਾਇਤਾਂ ਵੀ ਕੋਈ ਲੰਘਣ ਨਹੀਂ ਦੇਣਾ। ਕਮਾਲ ਆ ਯਾਰ, ਮੈਂ ਕਹਿੰਦਾ ਕਰੋਨਾ ਨਾਲ ਮਰੇ ਨਾ ਮਰੇ, ਕੋਈ ਪਤਾ ਨਹੀਂ ਮਰੂਗਾ ਪਤਾ ਨਹੀਂ ਨਾ ਮਰੂਗਾ, ਕੀ ਹੋਣੀ ਆ ਕਹਾਣੀ। ਇਹ ਵੀ ਮੈਂ ਤੁਹਾਨੂੰ ਅੰਕੜੇ ਦੱਸ ਦਿੰਦਾ ਕਿ ਕਿੰਨੇ ਕੁ ਅੰਕੜੇ ਭਾਰਤ ਦੇ ਵਿੱਚ ਹੈਗੇ ਆ। ਕਰੋਨਾ ਨਾਲ ਮਰੇ ਨਾ ਮਰੇ, ਜੋ ਨਾ ਲੰਘਣ ਦਿੱਤੀ ਉਹ ਕੁੜੀ ਜਿਹਦੇ ਕੋਲ ਬੱਚਾ ਹੋਣ ਵਾਲਾ, ਉਹ ਕੁੜੀ ਹੀ ਮਰੂ, ਬੱਚਾ ਹੀ ਮਰੂਗਾ ਉਹਦੇ ਪੇਟ 'ਚ, ਅਤੇ ਉਹਦਾ ਜ਼ਿੰਮੇਵਾਰ ਕੌਣ ਹੈ? ਇਸ ਤਰ੍ਹਾਂ ਹੀ ਜਿਹੜਾ ਆਪਣਾ ਦੂਜਾ ਡਾਇਲਸਿਸ ਹੁੰਦਾ ਲੋਕਾਂ ਦਾ, ਉਹ ਰੋਜ਼ ਜਾਂ ਇੱਕ ਤਾਂ ਛੱਡ ਕੇ ਕਰਾਉਣਾ ਪੈਂਦਾ, ਜਾਂ ਹੋਰ ਬਿਮਾਰੀਆਂ ਨਾਲ ਪੀੜਿਤ ਨੇ ਲੋਕ। ਪੁਲਿਸ ਪਤਾ ਕੀ ਕਰ ਰਹੀ ਹੈ? ਉਹ ਟਾਂਕਿਆਂ ਵਾਲੀ ਦਿਖਾਈ, ਪੁੱਛਦੇ ਨਹੀਂ ਵੀ ਤੂੰ ਕਿਉਂ ਜਾ ਰਿਹਾ, ਇਹ ਨਹੀਂ ਵੀ ਤੇਰੀ ਤਕਰੀਬ ਕੀ ਆ, ਤੂੰ ਕਿਉਂ ਬਾਹਰ ਨਿਕਲਿਆ। ਜਿਹੜਾ ਇਹੋ ਜਿਹੇ ਹਾਲਾਤਾਂ 'ਚ ਬੰਦਾ ਕੋਈ ਮਜਬੂਰੀ ਬਸ ਬਾਹਰ ਨਿਕਲਦਾ। ਆਹ ਦੇਖਿਓ ਆਹ ਵੀਡੀਓ, ਆਹ ਟਾਂਕੇ ਲਵਾਏ ਹੋਏ ਨੇ ਬੰਦੇ ਦੇ ਮਗਰ ਪੈਰ ਪਾਟਿਆ ਹੋਇਆ, ਦੇਖਿਓ ਕਿਵੇਂ ਕੁੱਟਦੇ ਆ। ਲਕੀਰਾਂ ਕੱਢ ਇੱਥੇ, ਲਕੀਰਾਂ ਸੱਤ ਗਾਲਾਂ ਧੀਆਂ ਭੈਣਾਂ ਦੀਆਂ ਕੱਢਦੇ। ਆਹ ਚਲਾ ਤੁਸੀਂ ਹੁਣ ਦੇਖ ਰਹੇ ਹੋ ਇੱਕ ਬੰਦੇ ਦਾ ਪੈਰ ਕੱਟਿਆ, ਉਹਦਾ ਪੈਰ ਕੱਟੇ ਦੇ ਬੰਦਾ ਇੱਕ ਮੋਟਰਸਾਈਕਲ ਚਲਾਉਂਦਾ ਅੱਗੇ ਬੈਠਾ, ਪਿਛਲੇ ਜਿਹਦੇ ਟਾਂਕੇ ਲੱਗੇ ਪੈਰ ਕੱਟਿਆ ਪਿੱਛੇ ਬੈਠਾ, ਉਹਨੂੰ ਕੁੱਟ ਰਹੇ ਆ। ਦੱਸੋ
ਯਾਰ ਘੱਟੋ ਘੱਟ ਮੈਂ ਕਹਿੰਦਾ ਅਸੀਂ ਇਹ ਨਹੀਂ ਕਹਿੰਦੇ ਜਿਹੜਾ ਬੰਦਾ ਤੁਹਾਨੂੰ ਲੱਗਦਾ ਕਿ ਯਾਰ ਬੰਦਾ ਜਾਣ ਕੇ ਹੁੱਲੜਬਾਜ਼ੀ ਕਰਦਾ, ਜਾਣ ਕੇ ਗੇੜੇ ਮਾਰ ਰਿਹਾ, ਜਾਣ ਕੇ ਲੰਘ ਰਿਹਾ, ਉਹ ਤੁਸੀਂ ਉਹਨੂੰ ਬੇਸ਼ੱਕ ਕੁੱਟ ਦਿਓ, ਉਹਦੇ ਕੋਈ ਵੀ ਹੱਕ 'ਚ ਨਹੀਂ ਬੋਲੂਗਾ। ਪਰ ਜਿਹੜਾ ਬੰਦਾ ਯਾਰ ਕੋਈ ਪੀੜਤ ਆ, ਕੋਈ ਬਿਮਾਰੀ ਵਾਲਾ ਬੰਦਾ, ਕੋਈ ਇਲਾਜ ਕਰਾਉਣ ਲਈ ਚੱਲਿਆ, ਕੋਈ ਦਵਾਈ ਲਈ ਚੱਲਿਆ, ਉਹਨੂੰ ਘੱਟੋ ਘੱਟ ਪੁੱਛਤਲ ਪੁੱਛਦਾ ਹੈ ਹੀ ਨਹੀਂ। ਅਗਲੇ ਨੇ ਮੋਟਰਸਾਈਕਲ ਰੋਕਿਆ ਨਹੀਂ, ਲੈ ਤੇਰੀ ਦੇਹ ਤੇਰੀ ਡਾਂਗਾਂ ਨਾਲ ਡਹਿ ਜਾਂਦੇ ਆ, ਗੱਡੀ ਰੋਕੀ ਕੱਢ ਕੇ ਵਿੱਚੋਂ ਕੁੱਟਣ ਲੱਗ ਜਾਂਦੇ ਆ। ਇਹ ਕਿਹੜਾ ਕਿਹੜਾ ਯਾਰ ਸੇਵਾ ਕਰ ਰਹੇ ਹੋ? ਪਰ ਤੁਸੀਂ ਫਿਰ ਤੁਸੀਂ ਕਹਿੰਦੇ ਹੋ ਕਿ ਪੁਲਿਸ ਨੂੰ ਲੋਕ ਗਾਲਾਂ ਕੱਢਦੇ ਆ, ਪੁਲਿਸ ਨੂੰ ਮਾੜਾ ਕਹਿੰਦੇ ਆ, ਪੁਲਿਸ ਦਿਨ ਰਾਤ ਤੁਰੀ ਫਿਰਦੀ ਹੈ। ਅਸੀਂ ਕਹਿੰਦੇ ਜਿੱਥੇ ਤੁਹਾਡਾ ਸਲਾਹਾਯੋਗ ਤੁਸੀਂ ਕੰਮ ਕਰ ਰਹੇ ਹੋ, ਹਰ ਪੰਜਾਬੀ ਤੁਹਾਡਾ ਦਿਲੋਂ ਸਤਿਕਾਰ ਕਰ ਰਿਹਾ, ਧੰਨਵਾਦ ਕਰ ਰਿਹਾ। ਪਰ ਜਿੱਥੇ ਤੁਸੀਂ ਆਹ ਧੱਕਾਸ਼ਾਹੀ, ਆਹ ਗੁੰਡਾਗਰਦੀ, ਆਹ ਨਜਾਇਜ਼ ਜਿਹੜੀ ਲੋਕਾਂ ਦੀ ਕੁੱਟਮਾਰ ਕਰ ਰਹੇ, ਇਹ ਕਿੱਥੋਂ ਤੱਕ ਜਾਇਜ਼ ਆ? ਉਹ ਦੂਜੀ ਦਿਖਾ, ਧੀਆਂ ਦੀਆਂ ਭੈਣਾਂ ਦੀਆਂ ਮਾਵਾਂ ਦੀਆਂ ਗਾਲਾਂ ਦੇ ਕੇ ਸਿਰ ਕੁੱਟਦੇ ਨੇ ਇਹਦਾ। ਆਹ ਸੁਣ ਦੇਖ ਲਿਓ ਆਹ ਮੁੰਡੇ ਦਾ ਕਿਵੇਂ ਸਿਰ ਚੱਪਲਾਂ ਨਾਲ ਕੁੱਟਦੇ ਆ। ਆ ਸੁਣ ਲੈ ਭੈਣ ਦੀ ਗਾਲ ਕੱਢ ਦੇ, ਆ ਜਵਾਕ ਆ ਛੋਟੀ ਜਿਹੀ ਉਮਰ ਦਾ ਦੇਖ ਲਿਓ, 15-16 ਸਾਲ ਦਾ, ਇਹ ਵੀ ਨਹੀਂ ਬਖਸ਼ਦੇ, ਇਹਨੂੰ ਵੀ ਨਹੀਂ ਬਖਸ਼ਣਾ। ਆ ਦੇਖ ਮੈਂ ਹੁਣ ਆਹ ਜਵਾਕ ਨੂੰ ਉਰੇ ਕਹਿੰਦਾ ਕੀ ਭੈਣ ਚਦਾਉਣਾ, ਇਹ ਦੇਖ ਲਾ ਹੁਣ ਇਹ ਜਵਾਕ ਦੇ, ਇਹਦੇ ਜਿਹੜੇ ਬੰਦਿਆਂ ਨੂੰ ਜਿਹਨਾਂ ਨੇ ਇਹਨੇ ਕੁੱਟਿਆ, ਗਾਲਾਂ ਕੱਢੀਆਂ, ਜਲੀਲ ਕੀਤਾ, ਦੇਖਣਗੇ ਵੀਡੀਓ, ਉਹਨਾਂ ਦੇ ਪਿੰਡ ਦੇ ਲੋਕ ਵੀ ਦੇਖਣਗੇ, ਉਹਨਾਂ ਦੇ ਆਲੇ ਦੁਆਲੇ ਦੇ ਲੋਕ ਵੀ ਦੇਖਣਗੇ। ਅਗਲਾ ਕੱਲ ਨੂੰ ਚਹੇਡਾ ਕਰਦਾ ਵੀ ਤੁਹਾਡੇ ਨਾਲ ਆਹ ਦੇਖੋ ਤੁਹਾਡੀ ਵੀਡੀਓ ਆਈ ਵੀ ਕੀ ਬਣਾ, ਕੀ ਕੀਤਾ ਹੋਇਆ, ਕੀ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਆ? ਆ ਦੇਖੋ ਧੀਆਂ ਭੈਣਾਂ ਦੀਆਂ ਕਿਵੇਂ ਸ਼ਰੇਆਮ ਗਾਲਾਂ ਤੁਸੀਂ ਸੁਣੀਆਂ ਹੋਣੀਆਂ, ਸੁਣਦੀਆਂ ਮਤਲਬ ਸੁਣੀਆਂ ਆ ਗਈ ਹੋਣੀ ਆਵਾਜ਼ ਤੁਹਾਡੇ ਕੋਲ, ਆਹ ਹਾਲਾਤ ਕਰ ਰਹੀ ਹੈ ਪੁਲਿਸ। ਫਿਰ ਅਗਲਾ ਕਹਿੰਦਾ ਪੁਲਿਸ ਦਾ ਜੀ ਦਿਨ ਰਾਤ ਕਰਦੀ ਫਿਰਦੀ ਹੈ ਜੀ ਪੁਲਿਸ, ਬਹੁਤ ਇਹਨਾਂ ਦੇ ਹੱਕ 'ਚ ਵੀ ਬੜਾ ਮੈਂ ਦੇਖਿਆ ਉੱਪਰ ਲਿਖ ਦਿੰਦੇ ਨੇ, ਦੇਖੋ ਛੋਟੂ ਪੰਜਾਬ ਪੁਲਿਸ ਸੇਵਾ ਕਰ ਰਹੀ। ਕਮਾਲ ਆ ਯਾਰ, ਤੁਸੀਂ ਤਮਾਸ਼ਾ, ਸਾਡੇ ਲੋਕਾਂ ਦਾ ਤਮਾਸ਼ਾ ਬਣ ਰਿਹਾ, ਸਾਡੇ ਲੋਕਾਂ ਨੂੰ ਜਲੀਲ ਕਰ ਰਹੇ ਨੇ, ਕੁੱਟ ਰਹੇ ਨੇ, ਮਾਰ ਰਹੇ ਨੇ, ਗਾਲਾਂ ਕੱਢ ਰਹੇ ਨੇ। ਠੀਕ ਹੈ, ਮੈਂ ਕਹਿੰਦਾ ਬੇਸ਼ੱਕ, ਮੈਂ ਵਾਰ ਵਾਰ ਇਹ ਗੱਲ ਕਹਿੰਦਾ ਕਿ ਲੋਕਾਂ ਨੂੰ ਗੱਲ ਮੰਨਣੀ ਚਾਹੀਦੀ ਹੈ, ਜੇ ਸਰਕਾਰ ਨੇ ਲੋਕਾਂ ਦੇ, ਤੁਸੀਂ ਗੱਲ ਹੋਰ ਦੇਖੋ, ਇਹ ਮੁਲਕ ਦੇ ਵਿੱਚ ਇਲਾਜ ਲੂਜ ਨਹੀਂ ਹੋਣਾ, ਨਾ ਹੀ ਇਸ ਮੁਲਕ ਦੇ ਵਿੱਚ ਕੋਈ ਬਹੁਤੀਆਂ ਸਹੂਲਤਾਂ, ਨਾ ਹੀ ਕੋਈ ਉਸ ਪੱਧਰ ਦੇ ਉੱਤੇ ਇਹਨਾਂ ਕੋਲ ਪ੍ਰਬੰਧ ਹੈਗੇ ਆ। ਜੇ ਤੁਹਾਨੂੰ ਲੱਗਦਾ ਇਹ ਕੱਲ੍ਹ ਨੂੰ ਬਿਮਾਰੀ ਇਹ ਚੰਗੀ ਪੱਧਰ 'ਤੇ ਫੈਲ ਜਾਂਦੀ ਆ, ਤਾਂ ਇਹ ਲੋਕਾਂ ਨੂੰ ਮਤਲਬ ਕਿ ਇਲਾਜ ਨਹੀਂ ਹੋਣਾ ਸਰਕਾਰਾਂ ਕੋਲੋਂ, ਤਾਂ ਬਚਾਅ 'ਚ ਹੀ ਬਚਾਅ ਵੀ ਬਿਹਤਰ ਗੱਲ ਇਹ ਆ ਕਿ ਭਾਈ ਘਰੇ ਰਹੋ, ਠੀਕ ਹੈ। ਪਰ ਜਿਹੜਾ ਬੰਦਾ ਕੋਈ ਮਜਬੂਰ ਆ ਯਾਰ, ਹੁਣ ਹੋਰ ਗੱਲ ਸੁਣ ਲਓ, ਹੁਣ ਮੈਂ ਜਦੋਂ ਗੱਲ ਕੀਤੀ ਅਧਿਕਾਰੀਆਂ ਦੇ ਨਾਲ, ਮੈਂ ਕਿਹਾ ਯਾਰ ਇਹ ਕੀ ਕਰ ਰਹੇ ਹੋ? ਕਹਿੰਦੇ ਪਾਸ ਬਣਾਓ ਜੀ। ਮੈਂ ਕਿਹਾ ਪਾਸ ਐਮਰਜੈਂਸੀ ਪਾਸ ਕਿਵੇਂ ਬਣੂਗਾ? ਮੰਨ ਲਓ ਰਾਤ ਨੂੰ ਬੰਦਾ ਕੋਈ ਅਟੈਕ ਆ ਜਾਂਦਾ, ਕੋਈ ਬੰਦੇ ਨੂੰ ਹੋਰ ਮਰ ਜਾ, ਕੋਈ ਬਿਮਾਰੀ ਆ, ਕੋਈ ਬੰਦਾ ਰਾਤ ਬਰਾਤੇ ਕੋਈ ਬਿਮਾਰ ਹੋ ਗਿਆ, ਉਹ ਪਾਸ ਬਣਾਓ ਪਹਿਲਾਂ ਡੀਸੀ ਕੋਲ ਜਾ ਕੇ ਰਾਤ ਨੂੰ 12 ਵਜੇ। ਸੋ ਭਰਾਵੋ ਇਹ ਗੱਲਾਂ, ਮੈਂ ਅੱਜ ਜਿਹੜਾ ਇਹ ਗੱਲਬਾਤ ਕਰਨ ਬੈਠਾ, ਮੈਂ ਪੰਜਾਬ ਦੇ ਮੁੱਖ ਮੰਤਰੀ ਦੇ ਧਿਆਨ 'ਚ ਲਿਆਉਣਾ ਚਾਹੁੰਦਾ, ਪੰਜਾਬ ਦੇ DGP ਦੇ ਧਿਆਨ 'ਚ ਲਿਆਉਣਾ ਚਾਹੁੰਦਾ ਵੀ ਇਸ ਗੱਲ ਨੂੰ ਕੰਟਰੋਲ ਕਰੋ, ਇਸ ਨੂੰ ਨੱਥ ਪਾਓ ਆ ਗੱਲਾਂ ਨੂੰ ਜਿਹੜੀ ਆ ਕਰਤੂਤਾਂ, ਸਾਰੇ ਪੁਲਿਸ ਵਾਲੇ ਇੱਕੋ ਜਿਹੇ ਨਹੀਂ ਹੁੰਦੇ, ਵਿਚਕਾਲੀਆਂ ਭੇਡਾਂ ਹੈਗੀਆਂ ਨੇ ਜਿਹੜੀਆਂ ਆਹ ਕਰਤੂਤ ਕਰ ਰਹੀਆਂ ਨੇ, ਇਹਨਾਂ ਨੂੰ ਮੌਕਾ ਮਿਲਿਆ ਵੀ ਇਸ ਬਹਾਨੇ ਲੋਕਾਂ ਨੂੰ ਕੁੱਟੀ ਜਾਓ, ਕਮਾਲ ਹੈ। ਅੱਛਾ ਪਰ ਤੁਸੀਂ ਜੇ ਕੋਈ ਤੁਹਾਡੀ ਕੋਈ ਕੱਲ੍ਹ ਨੂੰ ਕੋਈ, ਤੁਸੀਂ ਕੋਈ ਰਿਸ਼ਵਤ ਲੈਂਦੇ ਹੁੰਦੇ ਹੋ, ਤੁਸੀਂ ਕੋਈ ਹੋਰ ਪੰਗਾ ਖੜਾ ਕਰਦੇ ਹੁੰਦੇ ਹੋ, ਤੁਹਾਡੀ ਕੋਈ ਵੀਡੀਓ ਬਣਾਉਣ ਲੱਗ ਜਾਏ, ਤੁਸੀਂ ਮਗਰ ਪੈਂਦੇ ਹੁੰਦੇ ਅਗਲੇ ਦੇ, ਮੋਬਾਈਲ ਵੀ ਖੋਹ ਲੈਂਦੇ ਹੁੰਦੇ ਅਗਲੇ ਦਾ, ਅਗਲੇ ਦੇ ਡਾਂਗਾ ਵੀ ਮਾਰ ਦਿੰਦੇ ਹੁੰਦੇ ਆ, ਅੱਜ ਤੁਸੀਂ ਆਪ ਅਗਲੇ ਨੂੰ ਕੁੱਟ ਕੇ ਗਾਲਾਂ ਕੱਢ ਕੇ ਆਪ ਵੀਡੀਓ ਬਣਾ ਕੇ ਵਾਇਰਲ ਕਰ ਰਹੇ ਹਾਂ। ਇਹ ਕਿਹੜਾ ਕਾਨੂੰਨ ਕਹਿ ਰਿਹਾ, ਕਿਹੜੀ ਧਾਰਾ ਕਹਿ ਰਹੀ ਹੈ ਤੁਹਾਨੂੰ, ਮੈਨੂੰ ਦੱਸੋ। ਕਿਹੜੇ ਮੁੱਖ ਮੰਤਰੀ ਦਾ ਐਲਾਨ ਹੈ, ਕਿਹੜੇ ਪ੍ਰਧਾਨ ਮੰਤਰੀ ਦਾ ਐਲਾਨ ਹੈ ਕਿ ਪੁਲਿਸ ਨੂੰ ਆਹ ਅਧਿਕਾਰ ਦਿੱਤੇ ਹੋਏ ਨੇ?
ਸੋ ਮੈਂ ਲੋਕਾਂ ਨੂੰ ਵੀ ਗੱਲ ਕਹਿਣੀ ਚਾਹੁੰਦਾ ਕਿ ਇਹ ਬਹੁਤਾ ਡਰਨ ਦੀ ਲੋੜ ਨਹੀਂ ਹੈਗੀ। ਹਾਂ ਮੈਂ ਗੱਲ ਹੋਰ ਕਹਿਣੀ ਚਾਹੁੰਦਾ, ਬਾਹਲਾ ਡਰੋ ਨਾ, ਠੀਕ ਹੈ, ਬਚਾਅ ਰੱਖੋ। ਇਹ ਗੱਲ ਵਾਜਬ ਹੈ ਕਿ ਬਚਾਅ ਸਾਨੂੰ ਰੱਖਣਾ ਚਾਹੀਦਾ ਬਿਮਾਰੀ ਤੋਂ। ਪਰਹੇਜ਼ ਕਹਿੰਦੇ ਹੁੰਦੇ ਆ, ਇਲਾਜ ਨਾਲੋਂ ਬਿਹਤਰ ਹੁੰਦਾ। ਪਰਹੇਜ਼ ਰੱਖੋ, ਬਚਾਅ ਰੱਖੋ, ਪਰ ਬਾਹਲਾ ਡਰ ਚ ਵੀ ਨਾ ਬਹਿ ਜਾਓ। ਕਈ ਵਾਰੀ ਕੀ ਹੁੰਦਾ, ਮੈਂ ਹੁਣ ਥੋੜ੍ਹੇ ਜਿਹੇ ਅੰਕੜੇ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰ ਦਿੰਦਾ, 195 ਮੁਲਕਾਂ ਦੇ ਵਿੱਚ ਜਿਹੜੀ ਮੀਡੀਆ ਦੀ ਰਿਪੋਰਟ ਹੈ ਮੈਂ ਪੜ੍ਹੀ ਅੱਜ ਦੀ, ਇਹ ਹੈ ਕਿ 195 ਮੁਲਕਾਂ ਦੇ ਵਿੱਚ ਇਹ ਫੈਲਿਆ ਹੋਇਆ ਵਾਇਰਸ ਹੈ ਜਿਹੜਾ ਬਿਮਾਰੀ ਹੈ, ਅਤੇ ਇਹਦੇ ਵਿੱਚ ਘੱਟੋ ਘੱਟ 4,68,000 ਜਿਹੜੇ ਕੇਸ ਸਾਹਮਣੇ ਆਏ ਹੈ, ਅਤੇ 1,14,000 ਮਰੀਜ਼ ਠੀਕ ਵੀ ਹੋ ਗਏ ਹੈ। ਇਕੱਲਾ ਇੱਕ ਨਾਂਹ ਪੱਖੀ, ਇੱਕ ਨੈਗੇਟਿਵ ਪੱਖੀ ਨਾ ਦੇਖੀ ਜਾਇਆ ਕਰੋ, ਥੋੜ੍ਹਾ ਜਿਹਾ ਹਾਂ ਪੱਖੀ ਵੀ ਦੇਖੋ ਵੀ 1,14,000 ਬੰਦੇ ਠੀਕ ਵੀ ਹੋ ਚੁੱਕੇ। ਇਹ ਬਿਮਾਰੀ ਐਡੀ ਲਾਇਲਾਜ ਨਹੀਂ ਹੈਗੀ ਵੀ ਇਹ ਲਾਇਲਾਜ ਹੈ, ਇਲਾਜ ਹੀ ਨਹੀਂ ਹੋਣਾ। ਇਲਾਜ ਵੀ ਇਹਦਾ ਹੈਗਾ ਬਿਮਾਰੀ ਦਾ, ਪਰ ਬਾਹਲਾ ਕਈ ਵਾਰੀ ਕੀ ਹੁੰਦਾ, ਇੱਕ ਮਰੀਜ਼ ਮਰਿਆ। ਆਮ ਤੌਰ 'ਤੇ ਜਿਹੜੇ ਨਾ ਤੁਸੀਂ ਸਹੀ ਡਾਕਟਰ, ਜਿਹੜੇ ਚੰਗੇ ਡਾਕਟਰ ਨੇ, ਉਹਨਾਂ ਦੀ ਗੱਲ ਸੁਣੋਗੇ, ਕਹਿੰਦੇ ਜ਼ਿਆਦਾਤਰ ਇਹ ਜਿਹੜੀ ਬਿਮਾਰੀ ਹੈ ਇਹ ਲਪੇਟ 'ਚ ਲੈ ਰਹੀ ਹੈ ਜਿਹੜੇ ਬਜ਼ੁਰਗ ਬੰਦੇ ਨੇ, ਜਿਨ੍ਹਾਂ ਦੀ ਉਮਰ 60-65-70 ਸਾਲ ਤੋਂ ਉੱਪਰ ਦੀ ਉਮਰ ਹੈ। ਕਿਉਂਕਿ ਇਮਿਊਨਿਟੀ ਸਿਸਟਮ ਹੈ ਜਿਹੜਾ ਸਾਡਾ, ਜਿਹੜਾ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਹੁੰਦੀ ਹੈ ਬੰਦੇ ਦੀ, ਉਹ ਘੱਟ ਜਾਂਦੀ ਹੈ ਉਸ ਉਮਰ 'ਚ ਜਾ ਕੇ, ਉਹਨੂੰ ਜ਼ਿਆਦਾ ਇਹ ਬਿਮਾਰੀ ਪੈ ਰਹੀ ਹੈ। ਜਿਹੜੀਆਂ ਮੌਤਾਂ ਨੇ ਜ਼ਿਆਦਾਤਰ ਵੱਡੀ ਗਿਣਤੀ 'ਚ ਉਹਨਾਂ ਦੀਆਂ ਹੋ ਰਹੀਆਂ ਨੇ ਜਿਹੜੇ ਵੱਡੀ ਉਮਰ ਦੇ ਨੇ। ਇੱਕੋ ਮਰੀਜ਼ ਹਾਲੇ ਤੱਕ ਸਾਹਮਣੇ ਆਇਆ ਪੂਰੇ ਭਾਰਤ ਦੇ ਵਿੱਚ, ਜਿਹਦੀ 38 ਸਾਲ ਦੀ ਉਮਰ ਹੈ, ਉਹ ਕਰੋਨਾ ਦਾ ਪੋਜ਼ਿਟਿਵ ਪਾਇਆ ਗਿਆ, ਉਹਦੀ ਮੌਤ ਹੋਈ ਹੈ। ਉਹਨੂੰ ਪਰ ਕੀ ਸੀ, ਉਹਨੂੰ ਕਿਡਨੀ ਦੀ ਬਿਮਾਰੀ ਸੀ। ਇੱਕ ਇਹ ਵੀ ਗੱਲ ਸੋਚਣ ਵਾਲੀ ਹੈ, ਜਿਹੜੇ ਬੰਦੇ ਨੂੰ ਕੋਈ ਹੋਰ ਬਿਮਾਰੀ ਹੈ, ਕੋਈ ਗੁਰਦਿਆਂ ਦੀ ਬਿਮਾਰੀ ਹੈ, ਕੋਈ ਮਤਲਬ ਕਿ ਦਿਲ ਦੀ ਬਿਮਾਰੀ ਹੈ, ਕੋਈ ਫੇਫੜਿਆਂ ਦੀ ਬਿਮਾਰੀ ਹੈ, ਕੋਈ ਹੋਰ ਬਿਮਾਰੀ ਨੇ, ਉਹ 'ਤੇ ਵੀ ਜ਼ਿਆਦਾ ਅਸਰ ਕਰਦਾ ਹੈ। ਕਿਉਂਕਿ ਉਹਦੀ ਸਮਰੱਥਾ ਅੰਦਰੋਂ ਬਿਮਾਰੀਆਂ ਲੜਨ ਦੀ ਘੱਟੀ ਹੁੰਦੀ ਹੈ, ਇਮਿਊਨਿਟੀ ਸਿਸਟਮ ਉਹਦਾ ਘੱਟ ਜਾਂਦਾ। ਇਹ ਵੀ ਸਾਨੂੰ ਦੇਖਣ ਵਾਲੀਆਂ ਗੱਲਾਂ ਹੈਗੀਆਂ ਨੇ ਸਾਡੇ 'ਚ। ਹੁਣ ਭਾਰਤ ਦੀ ਗੱਲ ਕਰ ਲੱਗੇ, 650 ਦੇ ਕਰੀਬ ਹੁਣ ਤੱਕ ਮਰੀਜ਼ ਜਿਹੜੇ ਸਾਹਮਣੇ ਆਏ ਨੇ, 650, ਅਤੇ ਹੁਣ ਤੱਕ 16-17 ਦਿਨਾਂ ਦੇ ਵਿੱਚ 18 ਮੌਤਾਂ ਹੋਈਆਂ ਨੇ, ਅੱਜ ਦੇ ਅੰਕੜੇ ਨੇ। ਪਰ ਹੋਊਆ ਬਹੁਤ ਵੱਡਾ ਖੜਾ ਕੀਤਾ ਜਾ ਰਿਹਾ। ਮੈਂ ਫਿਰ ਕਹਿਣਾ, ਓਡੀ ਡਰਨ ਵਾਲੀ ਗੱਲ ਨਹੀਂ ਆ, ਠੀਕ ਹੈ, ਪਰਹੇਜ਼ ਰੱਖੋ, ਬਚਾਅ ਰੱਖੋ, ਘਰਾਂ 'ਚ ਰਹੋ। ਪਰ ਆਪਾਂ ਜਮੇ ਹੀ ਕਈ ਵਾਰੀ ਕੀ ਹੁੰਦਾ ਕਿ ਬੰਦਾ ਊਂ ਮਰੇ ਨਾ ਮਰੇ, ਬੰਦਾ ਹੈਮ ਨਹੀਂ ਮਰ ਜਾਂਦਾ ਹੁੰਦਾ। ਮੰਨ ਲਓ ਖੰਘ ਜ਼ੁਕਾਮ, ਅੱਜ ਕੱਲ੍ਹ ਜ਼ੁਕਾਮ ਹੈਗਾ, ਮੌਸਮ ਬਦਲਦਾ ਅਤੇ ਖੰਘ ਜ਼ੁਕਾਮ ਆਪਾਂ ਨੂੰ ਸਾਰਿਆਂ ਨੂੰ ਹੋ ਜਾਂਦਾ ਮੌਸਮ ਬਦਲਣ ਨਾਲ। ਉਹ ਵੀ ਨਾ ਵਹਿਮ 'ਚ ਲੈ ਜਾ ਕਰੋ ਵੀ ਪਤਾ ਨਹੀਂ ਮੈਨੂੰ ਤਾਂ ਕਰੋਨਾ ਹੋ ਗਿਆ। ਜੇ ਤੁਸੀਂ ਇੱਕ ਵਾਰੀ ਐਂ ਕਹਿ ਤਾ ਨਾ ਵੀ ਹਾਂ ਜੀ ਸਾਨੂੰ ਖੰਘ ਜ਼ੁਕਾਮ ਹੋਇਆ ਪਿਆ, ਚੱਕ ਕੇ ਸੈਂਟਰ ਸੁੱਟ ਦੇਣਗੇ ਇਲਾਜ, ਵੀ ਚਲੋ ਇਲਾਜ ਦੇਖੋ ਕੀ ਹੋਇਆ ਵੈਨੂੰ, ਅਤੇ ਉੱਥੇ ਬੰਦਾ ਉਹ ਵੀ ਬਿਮਾਰ ਹੋ ਜਾਂਦਾ। ਸੋ ਬਹੁਤਾ ਭਰਾਵੋ ਇਸ ਗੱਲਾਂ ਬਾਰੇ ਤਾਂ ਮੈਂ ਜ਼ਿਆਦਾ ਸਿਆਣਾ ਨਹੀਂ ਹੈਗਾ, ਕਿ ਡਾਕਟਰੀ ਗੱਲਾਂ ਦੀ ਮੈਨੂੰ ਬਾਹਲੀ ਜਾਣਕਾਰੀ ਨਹੀਂ ਹੈਗੀ ਜਿਹੜੀ ਡਾਕਟਰੀ ਲਾਈਨ ਹੈ ਜਾਂ ਕਰੋਨਾ ਬਾਰੇ। ਪਰ ਜਿੰਨੀਆਂ ਕੁ ਮੋਟੀਆਂ ਮੋਟੀਆਂ ਗੱਲਾਂ ਮੇਰੇ ਸਾਹਮਣੇ ਮੈਨੂੰ ਜੋ ਨਜ਼ਰ ਆਈਆਂ ਨੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਅਗਲੀ ਗੱਲ ਮੈਂ ਇੱਕ ਹੋਰ ਜਿਹੜੀ ਕਰਨੀ ਚਾਹੁੰਦਾ ਉਹ ਇਹ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਰੋਜ਼ ਸਰਕਾਰ ਦਾ ਇੱਕ ਮੰਤਰੀ ਚੈਨਲਾਂ 'ਤੇ ਬੈਠਾ ਹੁੰਦਾ ਕਿ ਸਾਨੂੰ ਸੁਝਾਅ ਦਿਓ, ਸਾਨੂੰ ਦੱਸੋ ਕਿੱਥੇ ਕੀ ਹੋ ਰਿਹਾ, ਕਿੱਥੇ ਕੀ ਹੋ ਰਿਹਾ। ਪਹਿਲੀ ਤਾਂ ਗੱਲ ਮੈਂ ਪੁਲਿਸ ਵਾਲੀ ਦੱਸ ਚੁੱਕੀ ਹਾਂ ਵੀ ਆਹ ਪੁਲਿਸ ਆਹ ਹਾਲਾਤ ਕਰ ਰਹੀ ਹੈ ਪੰਜਾਬ ਦੇ ਵਿੱਚ। ਦੂਜੀ ਗੱਲ ਮੈਂ ਆਹ ਕਹਿਣਾ ਚਾਹੁੰਦਾ ਕਿ ਜਿਹੜੇ ਪੰਜਾਬ ਦੀਆਂ ਜੇਲ੍ਹਾਂ ਨੇ, ਇੱਕ ਪਾਸੇ ਤੁਸੀਂ ਜੇਲ੍ਹਾਂ ਦੇ ਵਿੱਚ ਮੁਲਾਕਾਤਾਂ ਬੰਦ ਕਰਤੀਆਂ ਕਿ ਬਾਹਰੋਂ ਬੰਦਾ ਜਾਊਗਾ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਤਾਂ ਉਹਨੂੰ ਅੰਦਰਲੇ ਬੰਦਿਆਂ ਨੂੰ ਵਾਇਰਸ ਹੋ ਸਕਦਾ ਜਾਂ ਅੰਦਰਾਂ ਤੋਂ ਬਾਹਰਲੇ ਨੂੰ ਹੋ ਸਕਦਾ। ਪਰ ਜਿਹੜਾ ਬੰਦਾ ਫੜ ਕੇ ਤੁਸੀਂ ਬਾਹਰੋਂ ਲਿਜਾ ਰਹੇ ਹੋ ਕਿਸੇ ਕੇਸ ਦੇ ਵਿੱਚ, ਉਹ ਚੱਕ ਕੇ ਅੰਦਰ ਤੁਸੀਂ ਬੰਦਿਆਂ ਨਾਲ ਬੰਦ ਕਰ ਦਿੰਦੇ ਆ, ਕੀ ਉਹ ਸੁਰੱਖਿਅਤ ਹੋ ਸਕਦੇ ਨੇ ਬੰਦੇ? ਜਿੱਥੇ ਸਮਰੱਥਾ ਇੱਕ ਇੱਕ ਬੈਰਕ ਦੀ, ਇੱਕ ਇੱਕ ਚੱਕੀ ਦੀ, ਇੱਕ ਇੱਕ ਸੈੱਲ ਦੀ, 10-10 ਦੀ ਹੈ, 5-5 ਦੀ ਹੈ, 20-20 ਦੀ ਹੈ, ਉੱਥੇ ਤੁਸੀਂ 100-100, 50-50 ਬੰਦਾ ਤਾੜ ਰੱਖਿਆ। ਅੰਦਰ ਕੋਈ ਦਵਾਈਆਂ ਦੀ ਸਹੂਲਤ ਨਹੀਂ, ਕੋਈ ਆ ਮਾਸਕ ਨਹੀਂ ਹੈਗੇ, ਕੋਈ ਡਾਕਟਰ ਪੂਰੇ ਤਰੀਕੇ ਨਾਲ ਨਹੀਂ ਦੇਖ ਰਹੇ ਬੰਦਿਆਂ ਨੂੰ, ਉਹ ਵੀ ਇਨਸਾਨ ਨੇ ਯਾਰ, ਉਹਨਾਂ ਨੂੰ ਘੱਟੋ, ਮੈਨੂੰ ਪਤਾ ਲੱਗਿਆ ਕਿ ਉਹਨਾਂ ਨੂੰ ਮਤਲਬ ਕਿ ਇੱਕ ਪੂਰੀ ਪੂਰਾ ਪੂਰਾ ਦਿਨ ਬੰਦ ਰੱਖਿਆ ਜਾਂਦਾ, ਬੰਦੀ ਰੱਖੀ ਜਾਂਦੀ ਹੈ। ਉੱਧਰ ਨੂੰ ਵੀ ਧਿਆਨ ਦਿਓ। ਮੈਂ ਬਹੁਤ ਜੇਲ੍ਹ ਅਧਿਕਾਰੀਆਂ ਦੇ ਸੰਪਰਕ 'ਚ ਆਉਣ ਦੀ ਕੋਸ਼ਿਸ਼ ਕੀਤੀ, ਮੈਂ ਬੜਾ ਮੱਥਾ ਮਾਰਿਆ, ਜੇਲ੍ਹ ਮੰਤਰੀ ਤੱਕ ਮੈਂ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਵੀ ਇਸ ਗੱਲ ਵੱਲ ਵੀ ਧਿਆਨ ਦਿੱਤਾ ਜਾਵੇ। ਇੱਕ ਪਾਸੇ ਸੁਪਰੀਮ ਕੋਰਟ ਦੇ ਹੁਕਮ ਆਏ ਨੇ ਕਿ ਜਿਹੜੇ 7 ਤੱਕ ਦੇ ਕੈਦੀ ਨੇ ਉਹਨਾਂ ਨੂੰ ਛੁੱਟੀ ਜਿਹੜੀ ਲੰਮੀ ਦਿੱਤੀ ਜਾਵੇ, ਜਾਂ ਜਿਹੜੇ ਛੱਡਣ ਯੋਗ ਕੈਦੀ ਹੈਗੇ ਉਹਨੂੰ ਛੱਡ ਦਿੱਤਾ ਜਾਵੇ, ਪਰ ਉਹ 'ਤੇ ਵੀ ਕੋਈ ਅਮਲ ਨਹੀਂ ਹੋ ਰਿਹਾ। ਇੱਕ ਮੰਤਰੀ ਇਹਨਾਂ ਨਾਲ ਆ ਕੇ ਜਾਂ ਕੋਈ ਸਰਕਾਰੀ ਅਧਿਕਾਰੀ ਆ ਕੇ ਜਾਂ ਕੋਈ ਸਰਕਾਰ ਦਾ ਬੰਦਾ ਆ ਕੇ ਚੈਨਲ 'ਤੇ ਬਹਿ ਜਾਂਦਾ ਕਿ ਦੱਸੋ ਜੀ ਸਾਨੂੰ ਕੀ ਸਮੱਸਿਆਵਾਂ ਨੇ। ਲੋਕ ਬਥੇਰੇ ਸਵਾਲ ਕਰਦੇ ਨੇ, ਕਿਸਾਨੀ ਨਾਲ ਸੰਬੰਧਿਤ ਸਵਾਲ ਹੈਗੇ ਨੇ, ਲੋਕਾਂ ਦੇ ਆਲੂ ਨੇ ਜਿਹੜੇ ਉਹ ਤੁਸੀਂ ਦੇਖ ਲਓ, ਉਹਨਾਂ ਦਾ ਬੁਰਾ ਹਾਲ ਹੋ ਗਿਆ ਲੋਕਾਂ ਦਾ। ਅਨੇਕਾਂ ਹੀ ਸਮੱਸਿਆਵਾਂ ਇਹੋ ਜਿਹੀਆਂ ਹੈਗੀਆਂ ਨੇ ਪੰਜਾਬ ਦੇ ਵਿੱਚ, ਇਹਨਾਂ ਬਾਰੇ ਕੌਣ ਸੋਚੂਗਾ? ਅੱਜ ਗਰੀਬ ਬੰਦੇ ਦੇ ਹਾਲਾਤ ਦੇਖੋ ਯਾਰ, ਜਿਹੜੇ ਬੰਦੇ ਨੇ ਉਹੀ ਕਮਾਉਣਾ ਅਤੇ ਉਹੀ ਖਾਣਾ, ਉਹ ਬੰਦੇ ਦੇ ਹਾਲਾਤ ਦੇਖੋ ਕੀ ਨੇ, ਉਹ ਬੰਦਾ ਕਿੱਧਰ ਨੂੰ ਜਾਊਗਾ?
ਦਿਹਾੜੀਦਾਰ ਬੰਦਾ ਜਿਹਨੇ 250-300 ਰੁਪਇਆ ਹੱਥ ਨੂੰ ਕਮਾ ਕੇ ਚੁੱਲ੍ਹਾ ਬਾਲਣਾ ਹੁੰਦਾ, ਉਹ ਵਿਚਾਰੇ ਘਰਾਂ 'ਚ ਬੰਦ ਨੇ, ਉਹਨਾਂ ਬਾਰੇ ਸਰਕਾਰ ਕੀ ਕਰ ਰਹੀ ਹੈ? ਸ਼ਹਿਰਾਂ 'ਚ ਤਾਂ ਠੀਕ ਹੈ, ਸ਼ਹਿਰਾਂ 'ਚ ਤੁਸੀਂ ਕਹਿੰਦਾ ਵੀ ਸਾਰੀਆਂ ਸਹੂਲਤਾਂ, ਦੁੱਧ ਆ, ਕੋਈ ਹੋਰ ਹੈ ਚੀਜ਼ ਉਹ ਸ਼ਹਿਰਾਂ 'ਚ ਜਾ ਰਹੀ ਹੈ, ਪਰ ਪਿੰਡਾਂ 'ਚ ਕੁਛ ਵੀ ਨਹੀਂ ਆਉਣ ਦਿੱਤਾ ਜਾ ਰਿਹਾ। ਸ਼ਹਿਰਾਂ 'ਚ ਦੁਕਾਨਾਂ ਬੰਦ ਨੇ, ਲੋਕਾਂ ਦਾ ਰਾਸ਼ਨ ਵੀ ਮੁੱਕ ਗਿਆ ਘਰਾਂ ਦੇ ਵਿੱਚ ਪਿਆ, ਉਹਦੇ ਬਾਰੇ ਕੌਣ ਸੋਚੂਗਾ? ਅਨੇਕਾਂ ਤਰ੍ਹਾਂ ਦੇ ਸਵਾਲ ਹੈਗੇ ਨੇ ਲੋਕਾਂ ਦੇ। ਜੇ ਤੁਸੀਂ ਸਹੀ ਦਿਲੋਂ ਮਦਦ ਕਰਨੀ ਚਾਹੁੰਦੇ ਆ ਸਰਕਾਰ ਨੂੰ, ਮੈਂ ਕਹਿਣਾ ਚਾਹੁੰਦਾ ਲੋਕਾਂ ਦੀ, ਤਾਂ ਸਹੀ ਤਰੀਕੇ ਨਾਲ ਕਰੋ ਤਾਂ ਕਿ ਲੋਕ ਪਰੇਸ਼ਾਨ ਨਾ ਹੋਣ। ਸੋ ਵੀਰੋ, ਮੈਂ ਅਖੀਰ ਦੇ ਉੱਤੇ ਕਹਿਣਾ ਚਾਹੁੰਦਾ ਵੀ ਜੇ ਕੋਈ ਪੁਲਿਸ ਤੁਹਾਨੂੰ ਇਸ ਤਰ੍ਹਾਂ ਤੰਗ ਪਰੇਸ਼ਾਨ ਕਰਦੀ ਹੈ, ਨਜਾਇਜ਼ ਬਾਹਰ ਨਾ ਨਿਕਲੋ, ਖੁੱਲ੍ਹਬਾਜ਼ੀ ਕਰਨ ਬਾਹਰ ਨਾ ਨਿਕਲੋ, ਘਰਾਂ 'ਚ ਬੈਠੇ ਰਹੋ ਆਰਾਮ ਨਾਲ। ਪਰ ਜੇ ਕੋਈ ਤੁਹਾਡਾ ਮਰੀਜ਼ ਹੈ, ਤੁਸੀਂ ਕੋਈ ਪੀੜ ਤੋਂ ਬਿਮਾਰੀ ਤੋਂ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਤਰ੍ਹਾਂ, ਮੈਂ ਬਠਿੰਡੇ ਦੀ ਗੱਲ ਕਰਨੀ ਚਾਹੁੰਦਾ, ਤਾਂ ਤੁਸੀਂ ਇੱਕ ਮੈਂ ਅਸੀਂ ਨੰਬਰ ਛੱਡਾਂਗੇ। ਇਸ ਗੱਲ ਦਾ ਸਾਨੂੰ ਵਿਰੋਧ ਕਰਨਾ ਚਾਹੀਦਾ ਅੱਜ, ਕਿ ਜੇ ਪੁਲਿਸ ਸਾਡੇ ਨਾਲ ਕਿਸੇ ਮਰੀਜ਼ ਨਾਲ ਧੱਕਾ ਕਰ ਰਹੀ ਆ, ਜਾਂ ਕਿਸੇ ਹੋਰ ਨਾਲ ਧੱਕਾ, ਮਤਲਬ ਕਿ ਮਰੀਜ਼ ਬੰਦੇ ਨਾਲ ਧੱਕਾ ਕਰ ਰਹੀ ਆ, ਮਰੀਜ਼ ਦੇ ਨਾਲ ਜਾਂ ਵਾਰਸ ਉਹਦੇ ਨਾਲ ਧੱਕਾ ਕਰ ਰਹੀ ਹੈ, ਤਾਂ ਅਸੀਂ ਇੱਕ ਨੰਬਰ ਉੱਪਰ ਲਿਖ ਦੇ ਰਹੇ ਹਾਂ, ਛੱਡ ਰਹੇ ਸਾਡੇ ਨਾਲ ਜਿਹੜਾ ਵੀ ਅਧਿਕਾਰੀ ਮੌਕੇ 'ਤੇ ਹੁੰਦਾ, ਕੋਈ ਨਾਕੇ 'ਤੇ ਖੜਾ ਸਾਡੇ ਨਾਲ ਗੱਲ ਜ਼ਰੂਰ ਕਰਾਇਓ। ਅਸੀਂ ਪੁੱਛਣਾ ਚਾਹੁੰਦੇ ਹਾਂ, ਉਹਨਾਂ ਨੂੰ ਪੁੱਛਾਂਗੇ ਵੀ ਤੁਹਾਨੂੰ ਇਹ ਅਧਿਕਾਰ ਤੁਹਾਡੇ ਕੋਲ ਹੱਕ ਕਿਹਨੇ ਦਿੱਤਾ ਕਿ ਤੁਸੀਂ ਬਿਨਾਂ ਪੁੱਛੇ ਦੱਸੋ ਕਿਸੇ ਮਰੀਜ਼ ਨੂੰ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦੇਣਾ? ਜਿਵੇਂ ਮੈਂ ਦਿਖਾਇਆ, ਪੈਂਕੇ ਲੱਗਿਆਂ ਨੂੰ ਵੀ ਕੁੱਟ ਰਹੇ ਨੇ, ਕਿ ਮਣਕੇ ਹਿੱਲੇ ਵਾਲੇ ਵੀ ਕੁੱਟ ਰਹੇ ਨੇ, ਇੱਕ ਉਹ ਚੱਲੀ ਨਹੀਂ ਵੀਡੀਓ ਦਿਖਾਈ ਯਾਰ, ਉਹ ਖੜ ਜਾ, ਇੱਕ ਜਵਾਕ ਦੀ ਬਾਂਹ ਟੁੱਟੀ ਹੋਈ ਹੈ, ਜਾਨ ਨਹੀਂ ਦੇ ਰਹੇ, ਉਹ ਦੇਖ ਲਓ, ਇੱਕ ਮਿੰਟ ਵੀਡੀਓ ਵੀ ਦੇਖ ਲਿਓ। ਕਿੱਧਰ ਗਈ ਉਹ? ਥੱਲੇ ਇਹਦੇ ਡੰਕ ਨਹੀਂ। ਆਹ ਮਤਲਬ ਚੱਲ ਜੇ ਨਹੀਂ ਰਹੀ ਜਾ ਭਾਜਾ, ਚੱਲ ਇੱਕ ਬੰਦਾ, ਇੱਕ ਬੰਦਾ ਵਿਲਕ ਰਿਹਾ, ਮਿੰਨਤਾਂ ਕਰ ਰਿਹਾ ਪੁਲਿਸ ਵਾਲਿਆਂ ਦੀਆਂ ਕਿ ਮੇਰੇ ਜਵਾਕ ਦੀ ਬਾਂਹ ਟੁੱਟੀ ਹੈ, ਮੈਨੂੰ ਲੰਘ ਜਾਣ ਦਿਓ, ਲੰਘਣ ਨਹੀਂ ਦੇ ਰਹੇ। ਸੋ ਇਸ ਤਰ੍ਹਾਂ ਦੀ ਧੱਕੇਸ਼ਾਹੀ ਦੇ ਖਿਲਾਫ ਲੋਕਾਂ ਨੂੰ ਮੈਂ ਕਹਿੰਦਾ ਆਵਾਜ਼ ਆਪਣੀ ਉਠਾਉਣੀ ਚਾਹੀਦੀ। ਇਹ ਨਾ ਹੋਵੇ ਕਿ ਅਸੀਂ ਘਰੇ ਪਏ ਹੀ ਮਰ ਜਾਈਏ, ਕੋਈ ਬਿਮਾਰੀ ਹੋ ਜਾਵੇ, ਸਾਨੂੰ ਬਾਹਰ ਪੁਲਿਸ ਦਾ ਡਰ ਹੋਵੇ ਵੀ ਛਿੱਤਰ ਪੈਣਗੇ, ਡਾਂਗਾਂ ਮਾਰਨਗੇ, ਨਾ ਮਰ ਜਾਈਏ, ਇਹ ਨਾ ਕੰਮ ਹੋ ਜੇ। ਚੱਲਦੀ ਹੈ, ਦਿਖਾ ਉਹ ਦਿਖਾਉਣਾ ਮੈਂ ਤੁਹਾਨੂੰ ਵੀ, ਕੱਲ ਘੱਟੋ ਘੱਟ ਕੱਲ ਤੇ ਮੈਂ 60-70 ਵੀਡੀਓ ਦੇਖ ਲਈਆਂ ਇਹੋ ਜਿਹੀਆਂ, ਉਹ ਜੋ ਘੁੰਮ ਰਹੀਆਂ ਨੇ ਵਟਸਐਪਾਂ ਦੇ ਉੱਤੇ। ਆਹ ਬੰਦਾ ਸੁਣੋ ਵਿਚਾਰਾ, ਤੁਸੀਂ ਦੇਖ ਲਿਆ ਕਿ ਜਵਾਕ ਦੀ ਬਾਂਹ ਟੁੱਟੀ ਹੈ, ਪਰ ਲੰਘਣ ਨਹੀਂ ਦੇ ਰਹੇ ਯਾਰ। ਸੋ ਅਸੀਂ ਫਿਰ, ਮੈਂ ਸਰਕਾਰ ਦੇ ਧਿਆਨ 'ਚ ਗੱਲਾਂ ਲਿਆਉਣਾ ਚਾਹੁੰਦੇ ਹਾਂ, ਪ੍ਰਸ਼ਾਸਨ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੇ ਕੇਸ ਨੇ ਜਿਹੜੇ ਬਿਮਾਰੀ ਵਾਲੇ, ਉਹਨਾਂ ਨੂੰ ਤੁਸੀਂ ਚੈੱਕ ਕਰਕੇ ਲੰਘਣ ਦਿਓ, ਤਾਂ ਕਿ ਅਗਲਾ ਆਪਦਾ ਸਹੀ ਸਮੇਂ ਸਿਰ ਪਹੁੰਚ ਕੇ ਇਲਾਜ ਕਰਾ ਸਕੇ। ਮੈਂ ਫਿਰ ਕਹਿੰਦਾ ਕਰੋਨਾ ਨਾ ਮਰੇ ਨਾ ਮਰੇ, ਅਤੇ ਪਤਾ ਨਹੀਂ ਬੰਦਾ ਬਿਮਾਰੀ ਦੂਜੀ ਨਾਲ ਘਰੇ ਬੈਠੇ ਹੀ ਮਰ ਜੇ, ਡਰਦਾ ਮਾਰਾ, ਕਿਉਂਕਿ ਨਿਕਲ ਲੋਕ ਆ ਇੰਨਾ ਵੀਡੀਓ ਨੇ ਦਹਿਸ਼ਤ ਪਾ ਦਿੱਤੀ ਲੋਕਾਂ ਦੇ ਮਨਾਂ ਦੇ ਵਿੱਚ, ਕੋਈ ਬਿਮਾਰੀ ਵਾਲਾ ਬੰਦਾ ਵੀ ਬਾਹਰ ਨਿਕਲਣ ਨੂੰ ਤਿਆਰ ਨਹੀਂ ਹੈਗਾ। ਬਾਕੀ ਜਿਹੜੀ ਕੋਈ ਜਾਣਕਾਰੀ ਹੈ, ਪ੍ਰਸ਼ਾਸਨ ਦੀ ਜਾਣਕਾਰੀ ਹੈ, ਡੀ ਸੀ ਕੀ ਜਾਣਕਾਰੀ ਦੇ ਰਿਹਾ, SSP ਜ਼ਿਲ੍ਹੇ ਦਾ ਕੀ ਜਾਣਕਾਰੀ ਦੇ ਰਿਹਾ, SDM ਕੀ ਜਾਣਕਾਰੀ ਦੇ ਰਿਹਾ, ਇਹਦੇ ਬਾਰੇ ਵੀ ਥੋੜ੍ਹਾ ਜਿਹਾ ਤੁਸੀਂ ਟੈਲੀਵਿਜ਼ਨ ਦੇਖ ਲਿਆ ਕਰੋ। ਰੋਜ਼ ਦੀ ਰੋਜ਼ ਉਹ ਚੈਨਲਾਂ ਦੇ ਉੱਤੇ ਦੱਸ ਰਹੇ ਨੇ ਕਿ ਅੱਜ ਸਰਕਾਰ ਵੱਲੋਂ ਕੀ ਹਦਾਇਤਾਂ ਨੇ, ਅੱਜ DC ਵੱਲੋਂ ਕੀ ਹਦਾਇਤਾਂ ਨੇ, ਅੱਜ SSP ਵੱਲੋਂ ਕੀ ਹਦਾਇਤਾਂ ਨੇ, ਪੰਜਾਬ ਸਰਕਾਰ ਵੱਲੋਂ ਕੀ ਹਦਾਇਤਾਂ ਨੇ, ਉਹ ਨਾਲ ਦੀ ਨਾਲ ਤੁਸੀਂ ਦੇਖਦੇ ਰਿਹਾ ਕਰੋ, ਤਾਂ ਕਿ ਤੁਹਾਨੂੰ ਰੋਜ਼ ਜਿਹੜੀ ਜਾਣਕਾਰੀ ਤੁਹਾਨੂੰ ਮਿਲ ਸਕੇ ਕਿ ਅੱਜ ਸਰਕਾਰ ਨੇ ਨਵੇਂ ਐਲਾਨ ਕੀ ਕੀਤੇ ਆ, ਕਿੰਨਾਂ ਚੀਜ਼ਾਂ 'ਚ ਖੁੱਲ੍ਹ ਦਿੱਤੀ ਹੈ, ਕਿੰਨਾਂ 'ਚ ਬੰਦੀ ਲਾਈ ਹੈ, ਤਾਂ ਕਿ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਲੱਗਦੀਆਂ ਰਹਿਣ, ਕਿਉਂਕਿ ਉਹਨਾਂ ਦਾ ਵਿਚਾਰ ਨੂੰ ਪਤਾ ਹੀ ਨਹੀਂ ਹੈਗਾ ਕਿ ਬਾਹਰ ਕਿਵੇਂ ਜਾ ਸਕਦੇ ਹਾਂ ਜਾਂ ਕਿਹੜੇ ਕੰਮਾਂ ਲਈ ਜਾ ਸਕਦੇ ਹਾਂ, ਕਿਉਂਕਿ ਸਾਰੇ ਬੰਦੇ ਇਸ ਤਰ੍ਹਾਂ ਦੇ ਹੱਥ 'ਚ ਆਏ ਹੋਏ ਨੇ। ਸੋ ਧੰਨਵਾਦ ਬਹੁਤ ਬਹੁਤ, ਮੈਂ ਆਹੀ ਗੱਲਾਂ ਬਾਤਾਂ ਹੁਣ ਕਰਨੀਆਂ ਸੀ ਅਖੀਰ ਦੇ ਉੱਤੇ। ਫਿਰ ਮੈਂ ਪੰਜਾਬੀਆਂ ਨੂੰ ਅਪੀਲ ਕਰਦਾ, ਬੇਨਤੀ ਕਰਦਾ ਕਿ ਭਰਾਵੋ ਬਚਾਅ 'ਚ ਹੀ ਬਚਾਅ ਹੁੰਦਾ, ਪਰਹੇਜ਼ ਇਲਾਜ ਨਾਲੋਂ ਮੈਂ ਫਿਰ ਕਹਿਣਾ ਚੰਗਾ ਹੁੰਦਾ। ਕੋਸ਼ਿਸ਼ ਕਰੋ ਵੱਧ ਤੋਂ ਵੱਧ ਘਰਾਂ 'ਚ ਰਹਿਣ ਦੀ ਕੋਸ਼ਿਸ਼ ਕਰੋ, ਬਾਹਰ ਨਾ ਨਿਕਲਣ ਦੀ ਕੋਸ਼ਿਸ਼ ਕਰੋ, ਪਰ ਜਿੱਥੇ ਕੋਈ ਤੁਹਾਨੂੰ ਲੋੜ ਹੈ, ਕੋਈ ਬਿਮਾਰ ਠਮਾਰ ਹੈ, ਕੋਈ ਹੋਰ ਹੈ, ਉੱਥੇ ਤੁਸੀਂ ਜਾ ਸਕਦੇ ਹੋ, ਤਾਂ ਉਹ ਤੁਸੀਂ ਪੜਤਾਲ ਕਰਕੇ ਪਤਾ ਕਰਕੇ ਜਾਓ। ਜੇ ਪੁਲਿਸ ਕੋਈ ਧੱਕਾ ਕਰਦੀ ਹੈ, ਯਾਤੀ ਕਰਦੀ ਹੈ, ਐਂ ਨਜਾਇਜ਼ ਕੁੱਟਮਾਰ ਕਰਦੀ ਹੈ, ਤਾਂ ਉਹਦਾ ਵਿਰੋਧ ਵੀ ਜ਼ਰੂਰ ਕਰੋ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।